ਇਹ ਚੈਲੰਜ ਲੱਗਦਾ, ਇਹ ਲੱਗਦਾ ਇਹ ਚੈਲੰਜ ਹੈ, ਲੱਗਦਾ ਸਾਨੂੰ ਇਹ ਚੁਣੌਤੀਆਂ ਦਿੰਦੇ ਕਿ ਕਰਕੇ ਦਿਖਾਓ ਕੀ ਕਰਦੇ। ਅੱਜ ਸ਼ਾਮ ਨੂੰ ਕੈਪਟਨ ਇਹ ਸਵਾਲ ਕਿਰਪਾ ਕਰਕੇ ਕੈਪਟਨ ਸਾਹਿਬ ਦਾ ਨੰਬਰ ਹੋਣਾ, ਸੁਨੀਲ ਜਾਖੜ ਦਾ ਨੰਬਰ ਹੋਣਾ ਤੁਹਾਡੇ ਕੋਲ। ਪ੍ਰਧਾਨ ਨੇ ਪੰਜਾਬ ਦੇ, ਅੱਜ ਕੱਲ੍ਹ BJP ਦੇ ਨੇ, ਪਹਿਲਾਂ ਕਾਂਗਰਸ ਦੇ ਸੀ, ਪ੍ਰਧਾਨ ਨੇ। ਪੁੱਛੋ ਨਾ ਉਹਨਾਂ ਨੂੰ, ਪੁੱਛੋ ਤੁਸੀਂ ਮੈਥੋਂ ਕੇ ਪੁੱਛਦੇ ਹੋ ਕਿ ਕਰੋਗੇ, ਉਹਨਾਂ ਨੂੰ ਪੁੱਛੋਗੇ ਹੁਣ ਕੀ ਕਰੋਗੇ। ਰੋਜ਼ ਦੋ ਡਬਲ ਇੰਜਨ ਕਰਦਾ ਫਿਰਦਾ ਰਹਿੰਦਾ ਮੋਦੀ, ਅਤੇ ਰੇਲਵੇ ਕੋਲ ਇੰਜਣ ਹੈ ਨਹੀਂ। ਇਹੀ ਝਾਕੀਆਂ ਪੰਜਾਬ ਵਾਲੀ 26 ਜਨਵਰੀ 'ਚ ਹੋਣਗੀਆਂ, ਜਿਹੜੀ ਪੰਜਾਬ 26 ਜਨਵਰੀ ਮਨਾਈ ਜਾਊਗੀ, ਜਿੱਥੇ ਮੈਂ ਵੀ ਜਾਊਂਗਾ, ਸਾਡੇ ਮੰਤਰੀ ਵੀ ਜਾਣਗੇ, ਸਪੀਕਰ ਸਾਹਿਬ ਵੀ ਜਾਣਗੇ, ਉੱਥੇ ਇਹ ਝਾਕੀਆਂ ਨਾਲ ਅਸੀਂ ਲਿਖਾਂਗੇ ਰਿਜੈਕਟਡ ਬਾਈ ਸੈਂਟਰ। ਮਤਲਬ ਹੁਣ 26 ਜਨਵਰੀ ਅਤੇ 15 ਅਗਸਤ ਦਾ ਵੀ ਭਗਵਾਂਕਰਨ ਹੋ ਗਿਆ, ਭਾਜਪਾ ਕਰਨ ਹੋ ਗਿਆ, ਅਤੇ ਪਿਛਲੇ ਸਾਲ ਵੀ ਸਾਡੀ ਝਾਕੀ ਨਹੀਂ ਸੀ, ਇਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ। ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ, ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ, 15 ਅਗਸਤ ਅਤੇ 26 ਜਨਵਰੀ 'ਚ ਸਾਡੀਆਂ ਤੁਸੀਂ ਝਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ ਤੁਹਾਡੀ ਕੋਈ ਲੋੜ ਨਹੀਂ। ਮੈਂ ਕਹਿੰਦਾ ਪੰਜਾਬ ਦੀ ਝਾਕੀ ਤਾਂ ਛੱਡੋ, ਅੰਡੇਮਾਨ ਨਿਕੋਬਾਰ ਦੀ ਝਾਕੀ ਹੁੰਦੀ ਨਾ, ਉਹਦੇ 'ਚ ਵੀ ਪੰਜਾਬੀ ਦਿਖਾਉਣੇ ਪੈਂਦੇ, ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ, ਫਾਂਸੀ ਵਾਲੇ ਵੀ, ਕਾਲੇ ਪਾਣੀ ਵਾਲੇ ਵੀ। ਇਹ ਸਮਝਦੇ ਕੀ ਆਪਣੇ ਆਪ ਨੂੰ, ਇਹ ਸਾਡੇ ਵਿਰਸੇ ਨੂੰ, ਸਾਡੀ ਸਾਡੀਆਂ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ, ਐਂ ਖਤਮ ਕਰ ਲੈਣਗੇ। ਰਿਹਾ ਪਹਿਲਾਂ ਮੈਂ ਗੱਲ ਕਹੀ ਸੀ ਪਿਛਲੇ ਦਿਨੀ ਕਿ ਇਹਨਾਂ ਦਾ ਬਸ ਚੱਲੇ ਜਨ ਗਨ ਮਨ 'ਚੋਂ ਪੰਜਾਬ ਕੱਢ ਦੇਣਗੇ, ਆਹ ਉਸੇ ਪਾਸੇ ਨੂੰ ਚੱਲਿਆ ਹੋਇਆ ਕਦਮ ਹੈ। ਜੇ 26 ਜਨਵਰੀ ਅਤੇ 15 ਅਗਸਤ 'ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾਹਦੀ ਹੈ ਜੀ। ਜੇ ਇਹਨਾਂ ਨੂੰ BJP ਵਾਲੇ ਇਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਹੇ ਆ ਪੰਜਾਬ 'ਚ, LED ਬੈਨਾਂ ਲੱਗੀਆਂ ਹੋਈਆਂ ਨੇ, ਸਾਰੇ ਪਿੰਡਾਂ ਜਾਂਦੀਆਂ ਨੇ, ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ, ਭਗਤ ਸਿੰਘ ਇਹਨਾਂ ਨੂੰ ਚੰਗਾ ਨਹੀਂ ਲੱਗਦਾ, ਲਾਲਾ ਲਾਜਪਤ ਰਾਏ ਜੀ ਚੰਗੇ ਨਹੀਂ ਲੱਗਦੇ, ਊਧਮ ਸਿੰਘ ਹੋਰਾਂ ਦੀ ਝਾਕੀਆਂ ਪਸੰਦ ਨਹੀਂ, ਮਾਈ ਭਾਗੋ ਇਹਨਾਂ ਨੂੰ ਪਸੰਦ ਨਹੀਂ ਜਿਹਨਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ। ਮੋਦੀ ਇਹਦੇ ਨਾਲੋਂ ਜ਼ਿਆਦਾ ਵਧੀਆ ਹੋ ਗਿਆ, ਇਹ ਨਹੀਂ ਕਹਿੰਦੇ ਪਸੰਦ ਸਾਨੂੰ। ਇਹ 'ਚ ਕੋਈ ਇਹ ਦੱਸ ਦਿਓ ਕੋਈ, ਅਸੀਂ ਕੋਈ ਇਹ 'ਚ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ, ਅਤੇ ਜਾਂ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤੀਕਰਨ ਕੋਈ ਕੀਤਾ ਹੋਵੇ, ਸਾਰੇ ਤਾਂ ਸਾਰੇ ਸ਼ਹੀਦ, ਸਾਰਾ ਕਲਚਰ, ਸਾਰਾ ਤਾਂ ਸਾਂਝਾ ਹੀ ਹੈ। ਇਹਨਾਂ ਨੇ ਤਾਂ G20 'ਚ ਵੀ ਜਿਹੜਾ 20 ਸੀ ਉਹ ਕਮਲ ਦਾ ਫੁੱਲ ਹੀ ਬਣਾਤਾ ਸੀ, ਇਹ ਤਾਂ ਹਰ ਇੱਕ ਚੀਜ਼ ਦਾ ਰਾਜਨੀਤੀਕਰਨ ਕਰਦੇ। ਫਿਰ ਪਹਿਲਾਂ ਇਹਨਾਂ ਨੇ, ਮੈਂ ਐਗਜ਼ਾਮਪਲ ਦਿੰਦਾ ਹੁਣ, ਇਹ ਗੱਲ ਕੈਪਟਨ ਅਮਰਿੰਦਰ ਸਿੰਘ ਜੀ, ਸੁਨੀਲ ਜਾਖੜ ਜੀ ਅਤੇ ਉਹ ਮਨਜਿੰਦਰ ਸਿਰਸਾ ਜੀ ਅਤੇ ਉਹ RP ਸਿੰਘ, ਉਹ ਜਿਹੜੇ ਇਹਨਾਂ ਦੇ ਰੱਖੇ ਹੋਏ ਨਾ ਬੋਲਣ ਵਾਲੇ, ਜੋ ਬੋਲਣਗੇ ਉਹਦੇ ਮਾਂਗਰੀ ਬੋਲਣਾ ਹੁੰਦਾ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੁਣ ਲਿਓ, RDF ਦਾ ਪੈਸਾ ਪੰਜਾਬ ਦਾ 5,500 ਕਰੋੜ ਰੋਕ ਲਿਆ, ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ, ਤੀਰਥ ਯਾਤਰਾ, ਅਸੀਂ ਤੀਰਥ ਯਾਤਰਾ ਕਰਾਉਣੀ ਸੀ, ਅਸੀਂ ਰੇਲਵੇ ਨਾਲ MOU ਕੀਤਾ ਜੀ ਜਨਾਬ, MOU ਹੈ, ਟ੍ਰੇਨਾਂ ਦੇ ਸਾਰੇ ਪੈਸੇ ਪਹਿਲਾਂ ਦਿੱਤੇ, ਹਜੇ ਵੀ 1.5 ਕਰੋੜ ਰੁਪਈਆ ਸਾਡਾ ਉਹਨਾਂ ਵੱਲ ਵੱਧਦਾ ਹੈ, ਪਹਿਲੀ ਟ੍ਰੇਨ ਦੇ ਕੇ ਜਦੋਂ ਪਤਾ ਲੱਗਿਆ ਤਾਂ ਲੋਕ ਤਾਂ ਬਹੁਤ ਜ਼ਿਆਦਾ ਧਾਰਮਿਕ ਵਿਰਤੀ ਵਾਲੇ ਤਾਂ ਮਤਲਬ ਸ਼ੁਕਰਾਨਾ ਹੀ ਬਹੁਤ ਕਰ ਰਹੇ ਨੇ ਸਰਕਾਰ ਦਾ, ਚਲੋ ਜੀ ਟ੍ਰੇਨਾਂ ਰੋਕ ਦਿਓ। ਟ੍ਰੇਨਾਂ ਦੇਣ ਤੋਂ ਵਾਰਾਣਸੀ ਵਾਲੀ ਟ੍ਰੇਨ ਰੋਕੀ, ਅਜਮੇਰ ਵਾਲੀ ਟ੍ਰੇਨ ਰੋਕੀ, ਨਾਂਦੇੜ ਸਾਹਿਬ ਵਾਲੀ ਟ੍ਰੇਨ ਇੱਕੋ ਗਈ ਸੀ ਬਸ, ਪਟਨਾ ਸਾਹਿਬ ਵਾਲੀ ਟ੍ਰੇਨ ਰੋਕੀ, ਅਜਮੇਰ ਸ਼ਰੀਫ ਵਾਲੀ ਟ੍ਰੇਨ ਰੋਕੀ। 50 ਟ੍ਰੇਨਾਂ ਦੀ ਲਿਸਟ ਪਈ ਹੈ ਮੇਰੇ ਕੋਲ ਅਤੇ ਇਹਨਾਂ ਦਾ ਰਿਜੈਕਸ਼ਨ ਲੈਟਰ ਪਿਆ ਮੇਰੇ ਕੋਲ, MOU ਕਰਕੇ ਮੁੱਕਰ ਗਈ ਜੀ, ਆਹ ਰੇਲਵੇ ਦਾ ਰਿਜੈਕਸ਼ਨ ਲੈਟਰ ਹੈ ਜੀ ਕਿ ਅਸੀਂ ਨਹੀਂ ਦੇ ਸਕਦੇ ਤੁਹਾਨੂੰ ਟ੍ਰੇਨਾਂ, ਸਾਡੇ ਕੋਲ ਇੰਜਣ ਹੈ ਨਹੀਂ।
ਰੋਜ਼ ਦੋ ਡਬਲ ਇੰਜਨ ਕਰਦਾ ਫਿਰਦਾ ਰਹਿੰਦਾ ਮੋਦੀ, ਅਤੇ ਰੇਲਵੇ ਕੋਲ ਇੰਜਨ ਹੈ ਨਹੀਂ, ਹਾਂ ਹਾਂ ਇੰਜਨਾਂ ਦੀ ਘਾਟ ਆ ਕਹਿੰਦੇ ਸਰ, ਧੁੰਦ ਵਾਲੇ ਦਿਨ ਚੱਲਦੇ ਨੇ, ਟ੍ਰੇਨਾਂ ਕੋਲ ਇੰਜਨ ਹੈ ਨਹੀਂ, ਭਾਸ਼ਣ 'ਚ ਡਬਲ ਇੰਜਨ ਡਬਲ ਇੰਜਨ। ਹੁਣ ਮੈਨੂੰ ਜਿਹੜਾ ਡਰ ਹੈ ਉਹ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਸਹੀ ਨਾ ਨਿਕਲੇ ਉਹ ਜਨਗਣ ਮਨ 'ਚੋਂ ਪੰਜਾਬ ਕੱਢਣ ਵਾਲਾ, ਹੋਰ ਕੁਛ ਰਹਿ ਨਹੀਂ ਗਿਆ ਹੁਣ ਕਿ ਲਗਾਤਾਰ ਦੋ, ਮੈਂ ਹੁਣ ਇਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਖਾਸ ਤੌਰ 'ਤੇ ਪੰਜਾਬੀ ਨੇ ਜਿਹੜੇ ਉੱਥੇ ਬੀਜੇਪੀ 'ਚ, ਉਹਨਾਂ ਨੂੰ ਪੁੱਛਣਾ ਚਾਹੁੰਦਾ ਹੁਣ ਕਿਹੜੇ ਮੂੰਹ ਨਾਲ ਪੰਜਾਬ ਆਉਂਗੇ ਜੀ 2024 ਦੀ ਤਿਆਰੀ ਕਰੀ ਜਾਂਦੇ ਹੋ, ਆਹ ਮੂੰਹ ਲੈ ਕੇ ਆਉਂਗੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ, ਉਹ ਤੁਹਾਡੀ ਹਾਈ ਕਮਾਂਡ ਤਾਂ ਰਿਜੈਕਟ ਕਰੀ ਜਾਂਦੀ ਹੈ ਪੰਜਾਬ ਨੂੰ, ਅਤੇ ਤੁਸੀਂ ਤਿਆਰੀਆਂ ਕਰੀ ਜਾਂਦੇ ਹੋ, ਪਤਾ ਨਹੀਂ ਅਸੀਂ ਕੀ ਕਰ ਲਾਂਗੇ, ਅਤੇ ਫਿਰ ਕਿਹੜੇ ਮੂੰਹ ਨਾਲ ਲੋਕਾਂ ਕੋਲ ਆਉਂਗੇ, ਆਇਓ ਫਿਰ ਲੋਕ ਦੇਣਗੇ ਜਵਾਬ, ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣਗੇ ਵੀ ਝਾਕੀਆਂ ਕੀ ਹੁੰਦੀਆਂ। ਪਰ ਹਾਂ ਬਤੌਰ ਸਟੇਟ ਹੈੱਡ ਬਤੌਰ ਪੰਜਾਬ ਦੇ ਮੁੱਖ ਮੰਤਰੀ ਮੇਰਾ ਫਰਜ਼ ਬਣਦਾ ਜਦੋਂ ਵੀ ਕਿਤੇ ਇਹੋ ਜਿਹਾ ਕੁਛ ਪੰਜਾਬ ਦੇ ਕਲਚਰ 'ਤੇ ਪੰਜਾਬ ਦੇ ਸੱਭਿਆਚਾਰ 'ਤੇ ਪੰਜਾਬ ਦੇ ਵਿਰਸੇ 'ਤੇ ਪੰਜਾਬ ਦੀਆਂ ਕੁਰਬਾਨੀਆਂ 'ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸੰਕਟ ਆਵੇ ਤਾਂ ਸਟੇਟ ਦੇ ਹੈੱਡ ਦਾ ਫਰਜ਼ ਬਣਦਾ ਕਿ ਉਹ ਅੱਗੇ ਹੋ ਕੇ ਇਸ ਸੰਕਟ ਦਾ ਸਾਹਮਣਾ ਕਰੇ ਲੋਕਾਂ ਨੂੰ ਨਾਲ ਲੈ ਕੇ। ਸੋ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਨਾਲ ਲੈ ਕੇ ਇਸ ਸੰਕਟ ਦਾ ਸਾਹਮਣਾ ਕਰੂੰਗਾ, ਇਕੱਲਾ ਸਿਰਫ ਉੱਥੇ ਵਿਰੋਧ ਨਹੀਂ ਕਰੂੰਗਾ ਮੈਂ ਇਕੱਲਾ, ਇਹੀ ਝਾਕੀਆਂ ਪੰਜਾਬ ਵਾਲੀ 26 ਜਨਵਰੀ 'ਚ ਹੋਣਗੀਆਂ, ਜਿਹੜੀ ਪੰਜਾਬ 'ਚ 26 ਜਨਵਰੀ ਮਨਾਈ ਜਾਊਗੀ, ਜਿੱਥੇ ਮੈਂ ਵੀ ਜਾਊਂਗਾ, ਸਾਡੇ ਮੰਤਰੀ ਵੀ ਜਾਣਗੇ, ਸਪੀਕਰ ਸਾਹਿਬ ਵੀ ਜਾਣਗੇ, ਉੱਥੇ ਇਹ ਝਾਕੀਆਂ ਹੋਣਗੀਆਂ, ਨਾਲ ਅਸੀਂ ਲਿਖਾਂਗੇ ਰਿਜੈਕਟਡ ਬਾਈ ਸੈਂਟਰ। ਮੈਨੂੰ ਸਮਝ ਨਹੀਂ ਆਉਂਦੀ ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ 7 ਵਜੇ ਦੇ ਕਰੀਬ TV ਦੇ ਚੈਨਲਾਂ 'ਤੇ ਹਰਜੀਤ ਗਰੇਵਾਲ, RP ਸਿੰਘ, ਮਨਜਿੰਦਰ ਸਿਰਸਾ, ਸੁਨੀਲ ਜਾਖੜ, ਲੱਲਾ ਭੱਬਾ ਐਂਡ ਅਦਰਸ, ਅੱਧੇ ਕਾਂਗਰਸੀ, ਉਹ ਕੀ ਬੋਲਣਗੇ ਅੱਜ, ਕਿਹੜੇ ਮੂੰਹ ਨਾਲ ਕਹਿਣਗੇ ਵੀ ਬਹੁਤ ਵਧੀਆ ਹੋ ਗਿਆ ਜੀ ਮੋਦੀ ਜੀ ਦੀ ਸੋਚ ਹੈ, ਇਹ ਬਹੁਤ ਵਧੀਆ ਸੋਚ ਹੈ, ਕਹਿਣਗੇ ਅੱਜ ਅੱਜ ਕਹਿ ਕੇ ਦਿਖਾਉਣ। ਫਿਰ ਅੱਜ ਕੋਈ ਹੋਰ ਰਾਜਨੀਤਿਕ ਸਵਾਲ ਨਾ ਕਰੋ ਪਲੀਜ਼।